ਮੇਰਾ ਨਾਮ ਹਰਪ੍ਰੀਤ ਸਿੰਘ ਤੇ ਅੱਜ ਤੁਸੀਂ ਦੇਖ ਰਹੇ ਹੋ ਆਪਣਾ ਬਈਨਾ ਹਰਪ੍ਰੀਤ ਸਿੰਘ ਤੇ ਅੱਜ ਆਪਾਂ ਤੁਹਾਨੂੰ ਦਿਖਾਉਣ ਲੈ ਕੇ ਆਏ ਹਾਂ ਕਿ ਆਵਲਾ ਘਰ ਜਿਹੜਾ ਪਿੱਛੇ ਪਿੰਡ ਦੇ ਵਿੱਚ ਵਿਕਦਾ ਪਿਆ ਵਾ ਤੇ ਆਓ ਇਹਦੇ ਬਾਰੇ ਆਪਾਂ ਸਾਰਾ ਕੁਝ ਜਾਣਦੇ ਆਂ ਦੇਖਦੇ ਆ ਕਿੰਨੇ ਕਮਰੇ ਆ ਰਸੋਈ ਲੈਟਰਨ ਬਾਥਰੂਮ ਸਾਰਾ ਮਾਹੌਲ ਦੇਖਦੇ ਆਂ ਮੇਰੇ ਮਗਰ ਦੇਖ ਰਹੇ ਜੀ ਠੀਕ ਹੈ ਜਿੱਦਾਂ ਹੀ ਆਪਾਂ ਗੇਟ ਦੇ ਅੰਦਰ ਐਂਟਰ ਕੀਤੇ ਗੇਟ ਵੀ ਬਹੁਤ ਵੱਡਾ ਵਾ ਤੇ ਇਹਦੇ ਵਿੱਚ ਘੱਟੋ ਘੱਟ ਐਟਲੀਸਟ 3 ਤੋਂ 4 ਕਮਰੇ ਜਿਹੜੀਆਂ ਤੁਹਾਡੀਆਂ ਆਰਾਮ ਨਾਲ ਲੱਗ ਸਕਦੀਆਂ ਵਾ ਠੀਕ ਹੈ ਤੇ ਕਾਫੀ ਅੱਛੀ ਸਪੇਸ ਹੈਗੀ ਆ ਠੀਕ ਹੈ ਨਾ ਵਾਇਰਿੰਗ ਵਗੈਰਾ ਵੀ ਕਰਾਈ ਹੋਈ ਆ ਉੱਤੇ ਪੱਖੇ ਲਾਉਣ ਨੂੰ ਵੀ ਦੋ ਸਪੇਸ ਹੈਗੀ ਆ ਤੁਸੀਂ ਪੱਖੇ ਵਗੈਰਾ ਵੀ ਲਗਾ ਸਕਦੇ ਹੋ ਤੁਸੀਂ ਦੇਖ ਰਿਹਾ ਜੀ ਕਿ ਦੋ ਪੱਖੇ ਇਨ ਸਪੇਸ ਹੈਗੀ ਆ ਬਲਬ ਵਗੈਰਾ ਵੀ ਹੈਗੇ ਤੇ ਨਾਲ ਹੀ ਇੱਕ ਪੌੜੀਆਂ ਆ ਜਿਹੜੀਆਂ ਚੜਦੀਆਂ ਪਈਆਂ ਉਹ ਤੁਸੀਂ ਦੇਖ ਸਕਦੇ ਹੋ ਜੀ ਮੇਰੇ ਬੈਕ ਸਾਈਡ ਦੇ ਉੱਤੇ ਗੇਟ ਤੋਂ ਅੰਦਰ ਐਂਟਰੀ ਕੀਤੇ ਆ ਨਾਲ ਹੀ ਪੌੜੀਆਂ ਚੜਨ ਦੀ ਸਪੇਸ ਹੈਗੀ ਆ ਤੇ ਨਾਲ ਹੀ ਵਾਸ਼ਫੈਸਨ ਦੀ ਸਪੇਸ ਹੈਗੀ ਆ ਤੇ ਤੁਸੀਂ ਦੇਖ ਰਹੇ ਜੀ ਕਿ ਲੈਟਰਨ ਬਾਥਰੂਮ ਕਾਫੀ ਜਿਹੜਾ ਸਾਫ਼ ਸੁਥਰਾ ਵਾ ਠੀਕ ਹੈ ਲੈਟਰਨ ਬਾਥਰੂਮ ਐਜ਼ ਅ ਨੀਡ ਐਂਡ ਕਲੀਨ ਅੰਦਰੋਂ ਪੂਰਾ ਤੁਹਾਨੂੰ ਦਿਖਾ ਦਿੰਦਾ ਕਿ ਤਿੰਨ ਟੈਬ ਲੱਗੀਆਂ ਹੋਈਆਂ ਵਾਂ ਸ਼ਾਵਰ ਲੱਗਾ ਹੋਇਆ ਵਾਂ ਬਲਬ ਦੀ ਸਪੇਸ ਰੋਸ਼ਨਦਾਨ ਤੇ ਨਾਲ ਹੀ ਤੁਸੀਂ ਗਿਜ਼ਰ ਦਾ ਪੁਆਇੰਟ ਵੀ ਦਿੱਤਾ ਹੋਇਆ ਵਾਂ ਠੀਕ ਹੈ ਥੱਲੇ ਟਾਈਲਸ ਵਗੈਰਾ ਵੀ ਜਿਹੜੀਆਂ ਉਹ ਕਾਫੀ ਅੱਸੀ ਸੋਹਣੀਆਂ ਲੱਗੀਆਂ ਹੋਈਆਂ ਵਾਂ ਆ ਤੁਸੀਂ ਮੇਰੇ ਪਿੱਛੇ ਘਰ ਦੇਖਦੇ ਪਏ ਜੀ ਠੀਕ ਹੈ ਉਹ ਤੁਹਾਨੂੰ ਫਰੰਟ ਵਾਲਾ ਦਿਖਾਤਾ ਕਿ ਉੱਥੋਂ ਤੁਸੀਂ ਐਂਟਰ ਹੋ ਸਕਦੇ ਜੀ ਤੇ ਬੈਕ ਸਾਈਡ ਦੇ ਉੱਤੇ ਜਿਹੜੇ ਰੂਮਸ ਆ ਉਹ ਵੀ ਆਪਾਂ ਦੇਖਦੇ ਹਾਂ ਤੇ ਬਰਾਂਡਾ ਵੀ ਕਾਫੀ ਅੱਛਾ ਸੋਹਣਾ ਸਾਫ਼ ਸੁਥਰਾ ਵਾ ਠੀਕ ਹੈ ਟਾਈਲਸ ਵਗੈਰਾ ਲੱਗੇ ਆਂ ਆ ਤੇ ਆਪਾਂ ਇਹਨਾਂ ਦਾ ਸਾਰਾ ਪੋਰਸ਼ਨ ਦੇਖਦੇ ਆਂ ਅੰਦਰੋਂ ਆ ਵੇਖੋ ਇਹਨਾਂ ਨੇ ਦੋ ਦਰਵਾਜ਼ੇ ਲਗਾਏ ਹੋਏ ਆ ਇੱਕ ਜਾਲੀ ਵਾਲਾ ਇੱਕ ਬੂਏ ਵਾਲਾ ਲੱਕੜ ਵਾਲਾ ਠੀਕ ਹੈ ਇਹਦੇ ਨਾਲ ਆਲਰੇਡੀ ਹਵਾ ਵਗੈਰਾ ਕ੍ਰੋਸ ਹੋਵੇਗੀ ਤੇ ਕੋਈ ਮੱਛਰ ਵਗੈਰਾ ਅੰਦਰ ਨਹੀਂ ਆਵੇਗਾ ਤੇ ਜਿੱਦਾਂ ਤੁਸੀਂ ਅੰਦਰ ਐਂਟਰ ਕੀਤੇ ਠੀਕ ਹੈ ਮੈਨੂੰ ਸਾਹਮਣੇ ਇੱਕ ਜਿਹੜੀ ਲੋਪੀ ਨਜ਼ਰ ਆ ਰਹੀ ਆ ਆਜੋ ਭਾਈ ਤੇ ਇਹਨਾਂ ਨੇ ਜਿਹੜੇ ਟਾਈਲਸ ਵਗੈਰਾ ਵਾ ਉਹ ਵੀ ਕਾਫੀ ਸੋਹਣੀਆਂ ਲਗਾਈ ਹੋਈਆਂ ਵਾ ਤੇ ਜਿੱਦਾਂ ਤੁਸੀਂ ਅੰਦਰ ਐਂਟਰ ਕੀਤੇ ਤੇ ਮੇਰੇ ਮਗਰ ਤੁਹਾਨੂੰ ਦੋ ਰੂਮ ਦਿਖਦੇ ਪਏ ਨੇ ਕਿ ਦੋ ਰੂਮ ਹੈਗੇ ਨੇ ਠੀਕ ਹੈ ਐਸ ਸਾਈਡ ਤੇ ਇਹਨਾਂ ਨੇ ਇੱਕ ਮਤਲਬ ਸਿਟਿੰਗ ਪਲਾਨ ਬਣਾਇਆ ਹੋਇਆ ਜਿੱਥੇ ਆਪਾਂ ਆਪਣੇ ਗੈਸਟ ਵਗੈਰਾ ਬਾ ਸਕਦੇ ਜੇ ਤੇ ਪਿੱਛੇ ਦੋ ਰੂਮਸ ਨੇ ਤੇ ਇੱਥੇ ਵੀ ਤੁਸੀਂ ਮੇਰੇ ਮਗਰ ਦੇਖ ਰਹੇ ਜੇ ਕਿ ਇੱਥੇ ਇਹਨਾਂ ਨੇ ਕਿ ਜਿਹੜਾ ਵਾ ਆਪਣਾ ਮਤਲਬ ਸਿਟਿੰਗ ਪਲਾਨ ਬਣਾਇਆ ਹੋਇਆ ਉਹ ਮਤਲਬ ਡਰੈਸਿੰਗ ਰੂਮ ਠੀਕ ਹੈ ਸੌਰੀ ਡਰੈਸਿੰਗ ਰੂਮ ਕਹ ਰਹੇ ਹਾਂ ਸੌਰੀ ਕੀ ਕਹਿੰਦੇ ਇਹਨੂੰ ਹਾਂ ਸੌਰੀ ਤੁਸੀਂ ਮੇਰੇ ਪਿੱਛੇ ਦੇਖ ਰਹੇ ਜੇ ਕਿ ਡਰਾਈਵਿੰਗ ਰੂਮ ਹੈਗਾ ਵਾ ਠੀਕ ਹੈ ਇੱਥੇ 5 ਸੀਟਾਂ ਜਿਹੜਾ ਸੋਫਾ ਲਗਾਇਆ ਹੋਇਆ ਵਾ ਉਹਨਾਂ ਨੇ ਇੱਕ ਸਾਈਡ ਤੇ ਇਹਨਾਂ ਨੇ ਆਪਣਾ ਛੋਟਾ ਜਿਹਾ ਬੈੱਡ ਲਗਾਇਆ ਹੋਇਆ ਜਿੱਥੇ ਮਤਲਬ ਕਿ ਆਪਣੇ ਜਿਹੜੇ ਆਪਣੇ ਪਰੋਣੇ ਹੁੰਦੇ ਨੇ ਉਹ ਬੈਠ ਸਕਦੇ ਨੇ ਪਿੱਛੇ ਉਹਨਾਂ ਨੇ ਕਾਫੀ ਸੋਹਣਾ ਵਾਲਪੇਪਰ ਲਗਾਇਆ ਹੋਇਆ ਇੱਕ ਫੈਨ ਦੀ ਸਪੇਸ ਹੈਗੀ ਆ ਲਾਈਟਸ ਜਿਹੜੀਆਂ ਵਾ ਚਾਰੇ ਪਾਸੇ ਲੱਗੀਆਂ ਹੋਈਆਂ ਵਾ ਉਹ ਤੇ ਹੀ ਦੇਖ ਰਹੇ ਜੇ ਔਰ ਜਿਹੜੀ نیچے ਟਾਈਲਸ ਆ ਉਹ ਵੀ ਕਾਫੀ ਸਾਫ਼ ਸੁਥਰੀਆਂ ਹੈ ਗਿਆ ਵਾ ਨਾਲ ਇਹਨਾਂ ਨੇ ਇੱਕ ਦਰਵਾਜ਼ਾ ਕੱਢਿਆ ਹੋਇਆ ਵਾ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਵਾ ਠੀਕ ਹੈ ਕਾਫੀ ਸਾਫ਼ ਸੁਥਰਾ ਤੇ ਨੀਡ ਐਂਡ ਕਲੀਨ ਤੇ ਸਾਈਡ ਤੇ ਉਹਨਾਂ ਨੇ ਪਰਦੇ ਵਗੈਰਾ ਵੀ ਜਿਹੜੇ ਆ ਸੋਨੇ ਲਗਾਏ ਹੋਏ ਤੇ ਆਪਾਂ ਇਹਨਾਂ ਦੇ ਪਹਿਲੇ ਰੂਮ 'ਚ ਆਪਾਂ ਐਂਟਰ ਕੀਤੇ ਆ ਦੇਖੋ ਇਹਨਾਂ ਨੇ ਇੱਕ ਮਤਲਬ ਕਿ ਸਿਟਿੰਗ ਪਲਾਨ ਵਾਸਤੇ ਜਿਹੜਾ ਵਾ ਚਾਰ ਚੇਅਰ ਤਿੰਨ ਚੇਅਰਾਂ ਲਗਾਈਆਂ ਹੋਈਆਂ ਵਾ ਪਿੱਛੇ ਬੈੱਡ ਲਗਾਇਆ ਹੋਆ ਉੱਪਰ ਤੁਸੀਂ ਦੇਖ ਸਕਦੇ ਜਿਹਦੇ ਇਹਨਾਂ ਨੇ ਇੱਕ LG ਦਾ AC ਲਗਾਇਆ ਹੋਆ ਠੀਕ ਹੈ ਨਾਲ ਇਹਨਾਂ ਨੇ ਪੱਖਾ ਲਗਾਇਆ ਹੋਆ ਤੇ ਕਾਫੀ ਅੱਛੀ ਸਪੇਸ ਹੈਗੀ ਆ ਕਿ ਤੁਸੀਂ ਆਪਣੇ ਕਮਰੇ ਦੇ ਵਿੱਚ ਤੁਸੀਂ ਇੱਥੇ ਲੰਬਗਰੀ ਵਗੈਰਾ ਵੀ ਲਗਾ ਸਕਦੇ ਜੇ ਪਿਛਲੇ ਪਾਸੇ ਤੇ ਖਿੜਕੀਆਂ ਹੈਗੀਆਂ ਤੁਸੀਂ ਹਵਾ ਜਿਹੜੀ ਆ ਉਹ ਕ੍ਰੋਸ ਹੋ ਜਾਂਦੀ ਆ ਤੇ ਇਹਨਾਂ ਦਾ ਜਿਹੜਾ ਸ਼ੀਸ਼ਾ ਆ ਆਪਣੇ ਬੁਆਵਾ ਉਹਨਾਂ ਨੇ ਬਹੁਤ ਸੋਹਣਾ ਵਾ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਇਹਨਾਂ ਦੇ ਆਪਾਂ ਦੂਸਰੇ ਰੂਮ ਨਾਲ ਦੇਖਦੇ ਆ ਕਿ ਇਹਨਾਂ ਨੇ ਕਾਫੀ ਜਿਹੜਾ ਸਾਫ਼ ਸੁਥਰਾ ਜਿਹੜਾ ਸੈਕੰਡ ਰੂਮ ਰਿਹਾ ਆ ਵਾ ਇੱਥੇ ਵੀ ਇੱਕ ਬੈੱਡ ਦੀ ਸਪੇਸ ਠੀਕ ਹੈ ਇੱਕ ਬਾਰੀ ਲਗਾਈ ਹੋਈ ਜਿਹਦੇ ਵਿੱਚ ਹਵਾ ਦੀ ਕ੍ਰਾਸਿੰਗ ਹੋ ਜਾਂਦੀ ਆ ਫੈਨਸ ਤੇ ਥੋੜੀ ਜੀ ਸਪੇਸ ਛੱਡੀ ਹੋਈ ਆ ਤੇ ਇੱਥੇ ਵੀ ਕਾਫੀ ਸਪੇਸ ਹੈਗੀ ਆ ਜਿਹਦੇ ਵਿੱਚ ਤੁਸੀਂ ਰਮਾਨ ਨਾਲ ਆਪਣਾ ਜਿਹੜਾ ਵਾ ਸਮਾਨ ਰੱਖ ਸਕਦੇ ਜੇ ਇੱਕ ਸਾਈਡ ਦੇ ਉੱਤੇ ਉਹਨਾਂ ਨੇ ਆਪਣਾ ਪ੍ਰੈਸ ਕਰਨ ਵਾਲਾ ਸਟੋਰ ਦੀ ਸਪੇਸ ਹੈਗੀ ਆ ਮਤਲਬ ਕਿ ਇੱਥੇ ਵੀ ਇਹਨਾਂ ਨੇ ਜਿਹੜਾ ਉੱਪਰ ਆਪਣਾ ਹਵਾ ਵਾਸਤੇ ਕ੍ਰਾਸਿੰਗ ਵਾਸਤੇ ਜਗ੍ਹਾ ਛੱਡੀ ਹੋਈ ਆ ਜਿਦਾਂ ਹੀ ਆਪਾਂ ਹਾਲ ਦੇ ਅੰਦਰ ਐਂਟਰ ਕੀਤੇ ਅਸੀਂ ਤਾਂ ਇਹ ਦੇਖ ਸਕਦੇ ਹਾਂ ਕਿ ਨਾਲ ਹੀ ਇੱਕ ਸੀੜੀਆਂ ਚੜ੍ਹਦੀਆਂ ਹੋਈਆਂ ਵਾ ਠੀਕ ਹੈ ਸਟੈਪ ਬਾਈ ਸਟੈਪ ਉਹਨਾਂ ਬਹੁਤ ਸੋਹਣੀਆਂ ਆਪਣੀਆਂ ਜਿਹੜੀਆਂ ਸੀੜੀਆਂ ਬਣਾਈਆਂ ਹੋ ਤੇ ਟੀਵੀ ਲਗਾਉਣ ਨੂੰ ਇੱਕ ਸਪੇਸ ਹੈਗੀ ਆ ਤੇ ਨਾਲ ਇੱਕ ਕਿਚਨ ਹੈਗੀ ਆ ਉਹ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਵਾਂ ਕਿਚਨ ਕਾਫੀ ਸਾਫ ਸੁਥਰੀ ਹੈਗੀ ਆ ਐਗਜ਼ੋਸ ਫੈਨ ਲੱਗਾ ਹੋਇਆ ਵਾ ਖਿੜਕੀਆਂ ਵਗੈਰਾ ਲੱਗੀਆਂ ਆ ਵੈਂਟੀਲੇਸ਼ਨ ਵਾਸਤੇ ਠੀਕ ਹੈ ਬਰਤਨ ਵਗੈਰਾ ਤੁਸੀਂ ਦੇਖ ਰਹੀ ਜੇ ਕਾਫੀ ਅੱਛੇ ਤਰੀਕੇ ਨਾਲ ਇਹਨਾਂ ਨੇ ਜਿਹੜਾ ਮੈਨੇਜ ਕੀਤਾ ਹੋਇਆ ਵਾ ਸਾਰੇ ਦਾ ਸਾਰਾ ਤੇ ਤੁਸੀਂ ਵੀ ਇਸੇ ਤਰੀਕੇ ਨਾਲ ਇਹਨੂੰ ਮੈਨੇਜ ਕਰ ਸਕਦੇ ਜੀ ਤੇ ਥੱਲੇ ਟਾਈਲਸ ਵਗੈਰਾ ਕਾਫੀ ਅੱਛੀਆਂ ਲੱਗੀਆਂ ਆ ਵਾ ਪਾ ਜਿੱਦਾਂ ਹੀ ਐਂਟਰ ਕੀਤੇ ਸੀ ਤੇ ਨਾਲ ਦੇ ਨਾਲ ਇੱਕ ਮਤਲਬ ਕਿ ਆਪਣੇ ਬਾਥਰੂਮ ਹੈਗਾ ਵਾ ਅਟੈਚ ਲੈਟਰਨ ਬਾਥਰੂਮ ਜਿਹਦੇ ਵਿੱਚ ਵਾਸਵੇਸ਼ਨ ਟਾਈਲਸ ਗੀਅਰ ਠੀਕ ਹੈ ਕਾਫੀ ਅੱਛੀ ਸਪੇਸ ਹੈਗੀ ਹੈ ਤੇ ਵੈਂਟੀਲੇਸ਼ਨ ਵਾਸਤੇ ਉਹਨਾਂ ਨੇ ਜਿਹੜਾ ਵਾ ਆਪਣੇ ਐਗਜ਼ੋਸਟ ਫੈਨ ਵਾਸਤੇ ਜਾਂ ਹਵਾ ਕ੍ਰੋਸ ਵਾਸਤੇ ਆਪਣੀ ਜਗ੍ਹਾ ਛੱਡੀ ਹੋਈ ਹੈ ਦੇਖੋ ਆਪਾਂ ਪੌੜੀਆਂ ਤੋਂ ਉੱਤੇ ਆਏ ਉਸ ਤੋਂ ਬਾਅਦ ਥੋੜੀ ਜਿਹੀ ਸਪੇਸ ਹੈਗੀ ਇੱਥੇ ਤੁਸੀਂ ਆਪਣੇ ਮੰਜੇ ਵਗੈਰਾ ਡਾ ਸਕਦੇ ਜੇ ਇੱਥੇ ਵੀ ਖਿੜਕੀਆਂ ਵਗੈਰਾ ਇਹਨਾਂ ਨੇ ਲਗਾਈਆਂ ਹੋਈਆਂ ਵਾਂ ਤੇ ਆਪਾਂ ਕੋਠਾ ਦੇਖ ਰਹੇ ਜੇ ਕੋਠਾ ਵੀ ਕਾਫੀ ਸਾਫ ਸੁਥਰਾ ਹੈਗਾ ਵਾ ਤੇ AC ਦਾ ਪੁਆਇੰਟ ਵੀ ਉਹਨਾਂ ਨੇ ਜਿਹੜਾ ਛੱਡਿਆ ਹੈ ਉੱਤੇ ਤੁਸੀਂ ਆਪਣੇ ਅਡਜਸਟਮੈਂਟ ਕਰ ਸਕਦੇ ਜੇ ਤੇ ਲਾਗੇ ਦਾ ਮਾਹੌਲ ਜਿਹੜਾ ਵਾ ਕਾਫੀ ਦੋ ਦਰਵਾਜੇ ਲੱਗਦੇ ਨੇ ਠੀਕ ਹੈ ਇੱਕ ਤੇ ਆਹ ਵਾਲਾ ਦਰਵਾਜਾ ਵਾ ਇੱਕ ਤੇ ਜਿਹੜਾ ਤੁਹਾਨੂੰ ਫਰੰਟ ਤੇ ਦਿਖਾਇਆ ਹੈ ਉਹ ਨਾਲ ਵਾਲੀ ਹਵੇਲੀ ਵੀ ਵਿਕਦੀ ਪਈ ਆ ਉਹ ਵੀ ਭਾਈ ਨੇ ਦੇਣੀ ਆ ਆ ਜਿਹੜੀ ਗਲੀ ਹੈ ਇਹ ਹੈਗੀ ਜੇ 8 ਫੁੱਟ ਤੇ ਜਿਹੜਾ ਫਰੰਟ ਵਾਲਾ ਵਾ ਉਹ ਹੈਗਾ ਜੇ 13 ਫੁੱਟ ਆ ਜਿਹੜੀ ਤੁਸੀਂ ਹਵੇਲੀ ਵੇਖ ਰਹੇ ਜੇ ਆ ਵੀ ਭਾਈ ਜਨੇ ਵਿੱਚ ਹੀ ਦੇਣੀ ਆ ਠੀਕ ਹੈ ਘਰ ਦੇ ਨਾਲ ਹੀ ਸਾਹਮਣੇ ਜਗਾ ਉਹਦੇ ਬਿਲਕੁਲ ਉਹ ਤੁਸੀਂ ਦੇਖਦੇ ਪਏ ਜੀ ਜਿੰਨੀ ਸਪੇਸ ਹੈਗੀ ਆ ਭਾਈ ਦੀ ਆਪਣੀ ਆ ਠੀਕ ਹੈ ਆ ਭਾਈ ਦਾ ਦਰਵਾਜਾ ਵਾ ਤੇ ਆ ਹੈਗਾ ਜੀ ਮੇਨ ਦਰਵਾਜਾ ਠੀਕ ਹੈ ਜਿੱਥੋਂ ਘਰ ਸਟਾਰਟ ਹੁੰਦਾ ਵਾ ਤੇ ਉਸ ਤੋਂ ਬਾਅਦ ਤੁਸੀਂ ਦੇਖਿਆ ਕਿ ਇਹ ਘਰ ਦੇ ਨਾਲ ਹੀ ਅੰਮਣੇ ਸਾਹਮਣੇ ਜਗਾ ਜਿਹੜੀ ਹੈਗੀ ਆ ਸਾਰੀ ਸਾਰੀ ਉਹਦੇ ਨਾਲ ਹੀ ਇੱਕ ਹੋਰ ਪੋਰਸ਼ਨ ਹੈਗਾ ਵਾ ਫੌੜੀਆਂ ਚੜ੍ਹਦੇ ਜਿਹੜਾ ਤੁਹਾਨੂੰ ਮੈਂ ਗੇਟ ਤੋਂ ਦਿਖਾਇਆ ਸੀ ਤੇ ਆਓ ਆਪਾਂ ਉਹਨਾਂ ਦੇ ਨਾਲ ਦੇਖਦੇ ਹਾਂ ਕਿ ਉੱਤੇ ਕੀ ਕੁਛ ਹੈਗਾ ਵਾ ਆ ਪੌੜੀਆਂ ਆਪਾਂ ਉਹਨਾਂ ਦੇ ਨਾਲ ਹੀ ਚੜ ਗਏ ਟਰੈਸ ਦੇ ਉੱਤੇ ਇੱਕ ਰੂਮ ਬਣਿਆ ਹੋਇਆ ਵਾ ਸੈਪਰੇਟ ਗਾ ਵਾ ਇਹ ਵੀ ਵਿੱਚੇ ਆ ਰਹੀ ਹੈ ਕਰਦੇ ਠੀਕ ਹੈ ਇਹਦੇ ਵਿੱਚ ਵੀ ਇੱਕ ਰੂਮ ਦਿੱਤਾ ਹੋਇਆ ਵਾ ਜਿਹਦੇ ਅੰਦਰ ਸਮਾਨ ਰੱਖਿਆ ਹੋਇਆ ਵਾ ਠੀਕ ਹੈ ਸਟੋਰ ਰੂਮ ਦੀ ਤਰ੍ਹਾਂ ਹੀ ਤੇ ਜੇ ਇਹਨਾਂ ਦਾ ਕਿ ਉੱਪਰਲਾ ਹਿੱਸਾ ਠੀਕ ਹੈ ਕੋਠੇ ਦਾ ਆ ਥੱਲੇ ਆ ਗਿਆ ਫਰੰਟ ਇਦੇ ਨਾਲ ਲੱਗਦੀ ਜਿਹੜੀ ਜ਼ਮੀਨ ਆ ਸਾਹਮਣੇ ਵਾਲੀ ਉਹ ਵੀ ਭਾਈ ਵਿੱਚੇ ਦੇ ਰਹੇ ਨੇ ਸਾਰੀ ਤੇ ਸਾਰੀ ਠੀਕ ਹੈ ਕਾਫੀ ਸਪੇਸ ਹੈਗੀ ਉਹਦੇ ਵਿੱਚ ਬੂਟੇ ਵਗੈਰਾ ਤੁਸੀਂ ਖੇਤੀਬਾੜੀ ਵੀ ਕਰ ਸਕਦੇ ਜੇ ਮਤਲਬ ਆਪਣੇ ਬੂਟੇ ਵਗੈਰਾ ਜਾਂ ਸਬਜ਼ੀ ਵਗੈਰਾ ਵੀ ਉਗਾ ਸਕਦੇ ਜੇ ਤੇ ਗਲੀ ਵੀ ਕਾਫੀ ਵੱਡੀ ਆ ਦੁਕਾਨ ਕਰਨੀ ਹੋਵੇ ਤੇ ਦੁਕਾਨ ਵੀ ਵਿੱਚੇ ਦੇ ਰਹੇ ਨੇ ਭਾਈ ਪੂਰੀ ਦੀ ਪੂਰੀ ਸਪੇਸ ਹੈਗੀ ਦੁਕਾਨ ਵੀ ਵਿੱਚੇ ਬਣੀ ਹੋਈ ਆ ਤੇ ਬਕਾਇਦਾ ਪਿੱਛੇ ਜਗ੍ਹਾ ਵੀ ਹੈਗੀ ਮਤਲਬ ਕਿ ਤੁਸੀਂ ਪਿੱਛੇ ਛੱਤ ਕੇ ਆਪਣਾ ਤੇ ਕਾਰੋਬਾਰ ਜਿਹੜਾ ਵਧੀਆ ਕਰ ਸਕਦੇ ਜੀ